ਜੋ ਬੋਲੇ ਇਸਨਹੇ ਸਾਸੀ ਕਾਲੇ ਇਹ ਜ਼ਿੰਦਗੀ ਖੇਡ ਮੁਕੱਦਰਾਂ ਦੀ ਇੱਥੇ ਹਿੰਮਤ ਜਟਾਉਣੀ ਪੈਂਦੀ ਹੈ ਰਾਹ ਔਖਿਆਂ ਤੇ ਚੱਲ ਕੇ ਹੀ ਕਿਸਮਤ ਚਮਕਾਉਣੀ ਪੈਂਦੀ ਹੈ ਇਸੇ ਸਤਰਾਂ ਨਾਲ ਹੀ ਜੁੜੀ ਹੈ ਅੰਮ੍ਰਿਤਸਰ ਤੋਂ ਸਿੱਖ ਨੌਜਵਾਨ ਤਰਨਦੀਪ ਸਿੰਘ ਦੀ ਕਹਾਣੀ ਜਿਨ੍ਹਾਂ ਨੇ ਮਾਉਂਟ ਕਲੀਮਨਜਾਰੋ ਤੇ ਖਾਲਸਾ ਇਨ ਨਿਸ਼ਾਨ ਸਾਹਿਬ ਨੂੰ ਚੁਲਾਇਆ ਅਤੇ ਉੱਥੇ ਹੀ ਆਪਣੇ ਜ਼ਿੰਦਗੀ ਦੇ ਉਸ ਮਿੱਥੇ ਗੱਟਿਚੇ ਨੂੰ ਵੀ ਪੂਰਾ ਕੀਤਾ। ਤਜਰਬਾ ਇਹਦੇ ਸਨਿਧੀ ਜੀ ਬਹੁਤ ਹੀ ਇੱਕ ਵੱਖਰਾ ਤਜਰਬਾ ਰਿਹਾ ਵਾ ਮੇਰਾ ਕਿਉਂਕਿ ਜਦੋਂ ਪਹਿਲੇ ਜੂਨ ਇਸੇ ਸਾਲ ਜੂਨ ਦੇ ਮਹੀਨੇ 'ਚ ਜਦੋਂ ਮਾਉਂਟ ਐਵਰੇਸ ਬੇਸ ਕੈਂਪ ਮੈਂ ਕੀਤਾ ਮੈਂ ਪਰਸਨਲੀ ਜੋ ਫੀਲ ਕੀਤਾ ਕਿ ਇਸ ਮਾਉਂਟੇਨ ਦੀ ਜੋ ਇੱਕ ਓਖਿਆਈ ਹੈ ਜਾਂ ਜੋ ਇਸ ਮਾਉਂਟੇਨ ਦੀ ਟ੍ਰੇਲ ਸੀ ਉਹ ਬੇਸ ਕੈਂਪ ਤੋਂ ਕਿਤੇ ਜ਼ਿਆਦਾ ਔਖੀ ਸੀ ਤਾਂ ਰਾਹ ਦੇ ਵਿੱਚ ਮੌਸਮਿਕ ਕੰਡੀਸ਼ਨਾਂ ਕਿਹੋ ਜੀਆਂ ਸੀਗੀਆਂ ਜਾਂ ਕਿਹੜਾ ਮੰਜ਼ਰ ਕੁਝ ਅਜੀਬਾ ਤੁਹਾਡੇ ਨਾਲ ਸੀ ਜਿੱਥੋਂ ਲੱਗਦਾ ਸੀ ਕਿ ਨਹੀਂ ਹੁਣ ਮੈਂ ਇੱਥੋਂ ਵਾਪਸੀ ਕਰ ਲੈਣਾ -20 ਡਿਗਰੀ ਟੈਂਪਰੇਚਰ ਗਿਆ ਉਥੇ ਕੈਮਲ ਬੈਗ ਜਿਹਦੇ ਵਿੱਚ ਮੈਂ ਪਾਣੀ ਕੈਰੀ ਕਰ ਰਿਹਾ ਸੀ ਇੱਕ ਟਾਈਮ ਤੇ ਆ ਕੇ ਉਹ ਵੀ ਜੰਮ ਗਿਆ ਸੀ ਕਿਉਂਕਿ ਪਾਣੀ ਪੀਣਾ ਪਾਣੀ ਪੀਣਾ ਬਹੁਤ ਔਖਾ ਲੱਗ ਰਿਹਾ ਸੀ ਉੱਥੇ ਪਾਣੀ ਦੀ ਪ੍ਰੋਪਰ ਮਿਲਣੀ ਸੀ ਰਿਹਾ ਧਰਮ ਨੂੰ ਬਖਾਣਾ ਚਾਹੁੰਨਾ ਮੈਂ ਕਿ ਸਿੱਖ ਧਰਮ ਇੱਕ ਕੌਮ ਇਹੋ ਜੀ ਹੈਗੀ ਹੈ ਜਿਹੜਾ ਕਿਸੇ ਵੀ ਉਚਾਈਆਂ ਤੱਕ ਪਹੁੰਚ ਸਕਦੀ ਹੈ ਇਹ ਜ਼ਿੰਦਗੀ ਖੇਡ ਮੁਕੱਦਰਾਂ ਦੀ ਇੱਥੇ ਹਿੰਮਤ ਜਟਾਉਣੀ ਪੈਂਦੀ ਹੈ ਰਾਹ ਔਖਿਆਂ ਤੇ ਚੱਲ ਕੇ ਹੀ ਕਿਸਮਤ ਚਮਕਾਉਣੀ ਪੈਂਦੀ ਹੈ ਇਸੇ ਸੱਤਰ ਨਾਲ ਹੀ ਜੁੜੀ ਹੈ ਅੰਮ੍ਰਿਤਸਰ ਤੋਂ ਸਿੱਖ ਨੌਜਵਾਨ ਤਰਨਦੀਪ ਸਿੰਘ ਦੀ ਕਹਾਣੀ ਜਿਨ੍ਹਾਂ ਨੇ ਮਾਊਂਟ ਕਿਲੀਮੰਜਾਰੋ ਤੇ ਖਾਲਸਾ ਇਨ ਨਿਸ਼ਾਨ ਸਾਹਿਬ ਨੂੰ ਚੁਲਾਇਆ ਅਤੇ ਉੱਥੇ ਹੀ ਆਪਣੇ ਜ਼ਿੰਦਗੀ ਦੇ ਉਸ ਮਿੱਥੇ ਗੱਟਿਚੇ ਨੂੰ ਵੀ ਪੂਰਾ ਕੀਤਾ ਹੁਣ ਤੱਕ ਕਈ ਉੱਚੀਆਂ ਪਹਾੜੀਆਂ ਦੇ ਉੱਤੇ ਜਾ ਕੇ ਸਫ਼ਰ ਕਰਕੇ ਕਹਿ ਸਕਦੇ ਆ ਕਿ ਉਹਨਾਂ بلند ਹਵਾਵਾਂ ਦਾ ਆਨੰਦ ਮਾਨਦੇ ਹੋਏ ਇਹਨਾਂ ਨੇ ਆਪਣੇ ਜ਼ਿੰਦਗੀ ਦੇ ਉਸ ਸਫ਼ਰ ਨੂੰ ਹੋਰ ਸੁਨੇਹਰਾ ਬਣਾਇਆ ਤੇ ਅੱਜ ਜਾਂਦੇ ਆ ਗੱਲਬਾਤ ਵੀ ਕਰਦੇ ਆ ਤੇ ਕਿਹੋ ਜਿਹਾਂ ਦਾ ਉੱਥੇ ਤਜਰਬਾ ਰਿਹਾ ਔਰ ਰਾਹ ਵਿੱਚ ਕਿਹੜੀਆਂ ਅਜਹੀਆਂ ਔਕੜਾਂ ਆਈਆਂ ਜਿਸ ਨੂੰ ਫਤਿਹ ਕਰਦੇ ਹੋਏ ਅੱਜ ਖਾਲਸਾ ਨਿਸ਼ਾਨ ਸਾਹਿਬ ਦਾ ਪਰਚਮ ਐਡੀ ਉਚਾਈ ਤੇ ਜੋ ਕਿ ਲਗਭਗ ਕਹਿ ਸਕਦੇ ਆ ਕਿ 1.9 ਸੌ ਹਜ਼ਾਰ ਫਿੱਟ ਦੀ افریقا ਦੀ ਸਭ ਤੋਂ ਉੱਚੀ ਪਹਾੜੀ ਹੈ ਔਰ ਜਿੱਥੇ ਜਾ ਕੇ ਕਿ ਇਹਨਾਂ ਨੇ ਪੰਜਾਬੀਅਤ ਨੂੰ ਅਤੇ ਪੰਜਾਬ ਦੇ ਅਮਨ ਨੂੰ ਵੀ ਹੋਰ ਰੋਸ਼ਨ ਕੀਤਾ ਸਾਡੇ ਨਾਲ ਮੌਜੂਦ ਨੇ ਤਰਨਦੀਪ ਸਿੰਘ ਜੀ ਖਾਲਸਾ ਦੀ ਉਸ ਕਹਿ ਸਕਦੇ ਜਕਾਰੇ ਦੀ ਗੂੰਜ ਨਾਲ ਹੀ ਸ਼ੁਰੂਆਤ ਕਰਦੇ ਅੱਜ ਦੇ ਇਸ ਇੰਟਰਵਿਊ ਜੋ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ ਨਤੇਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਿਊਜ਼ 8 ਟੀਮ ਦਾ ਇੱਕ ਵਾਰੀ ਦੁਬਾਰਾ ਮੌਕਾ ਦੇਣ ਲਈ ਆਪਣੇ ਚੈਨਲ ਤੇ ਕਿਹੋ ਜਿਹਾ ਤਜਰਬਾ ਸੀ ਅੱਜ ਕਿਹੜੀਆਂ ਅਜਿਹੀਆਂ ਔਕੜਾਂ ਆਈਆਂ ਜਿਸ ਨੂੰ ਫਲੰਗਦੇ ਹੋਏ ਤੁਸੀਂ ਇਸ ਆਪਣੇ ਕਹਿ ਸਕਦੇ ਨੇ ਕਿ ਮੁਕਾਮ ਤੇ ਟਿੱਚੇ ਤੇ ਪਹੁੰਚ ਤਜਰਬਾ ਇਹਦੇ ਵਿੱਚ ਨਿਧੀ ਜੀ ਬਹੁਤ ਹੀ ਇੱਕ ਵੱਖਰਾ ਤਜਰਬਾ ਰਿਹਾ ਵਾ ਮੇਰਾ ਕਿਉਂਕਿ ਜਦੋਂ ਪਹਿਲੇ ਜੂਨ ਇਸੇ ਸਾਲ ਜੂਨ ਦੇ ਮਹੀਨੇ 'ਚ ਜਦੋਂ ਮਾਉਂਟ ਐਵਰੇਸ ਬੇਸ ਕੈਂਪ ਮੈਂ ਕੀਤਾ ਉਹ ਕਰਨ ਤੋਂ ਬਾਅਦ ਮੈਨੂੰ ਲੱਗਿਆ ਸੀ ਕਿ ਜਿੰਨਾਕ ਇਹ ਮਾਉਂਟ ਐਵਰੇਸ ਬੇਸ ਕੈਂਪ ਜਿੰਨਾਕ ਔਖਾ ਹੈਗਾ ਵਾ ਇਹ ਸ਼ਾਇਦ ਹੋ ਸਕਦਾ ਇਹਦੇ ਨਾਲੋਂ ਮਤਲਬ ਇੰਨਾ ਔਖਾ ਨਹੀਂ ਹੋਏਗਾ ਬਟ ਇਹ ਮਾਊਂਟੇਨ ਮੈਂ ਕਰਕੇ ਜੋ ਆਇਆ ਮੈਂ ਪਰਸਨਲੀ ਜੋ ਫੀਲ ਕੀਤਾ ਕਿ ਇਸ ਮਾਊਂਟੇਨ ਦੀ ਜੋ ਇੱਕ ਔਖਾਈ ਹੈ ਜਾਂ ਜੋ ਇਸ ਮਾਊਂਟੇਨ ਦੀ ਟ੍ਰੇਲ ਸੀ ਉਹ بیس ਕੈਂਪ ਤੋਂ ਕਿਤੇ ਜ਼ਿਆਦਾ ਔਖੀ ਸੀ ਤੇ ਔਖਾ ਹੋਣ ਕਰਕੇ ਇਹਦੇ 'ਚ ਔਖੀਆਂ ਆਂ ਦਾ ਵੀ ਸਾਹਮਣਾ ਕਰਨਾ ਪਿਆ ਕੋਈ ਨਾ ਕੋਈ ਵੈਦਰ ਕੰਡੀਸ਼ਨਸ ਕੁਝ ਇਦਾਂ ਦੀਆਂ ਸੀ ਕੁਝ ਟ੍ਰੇਲ ਆ ਤਾਂ ਬਹੁਤ ਡਿਫਿਕਲਟੀ ਸੀ ਤੋਂ ਕਹਿ ਸਕਦਾ ਕਿ ਇਹਦੀ ਜਿਹੜੀ ਔਖਾਈ ਸੀ ਉਹ ਐਵਰੇਸ ਬੇਸ ਕੈਂਪ ਨਾਲੋਂ ਔਖਾਈ ਇਹਦੀ ਥੋੜੀ ਜ਼ਿਆਦਾ ਸੀ ਕਿਸ ਤਰ੍ਹਾਂ ਵਿਖਦੇ ਹੋ ਕਿ ਹੁਣ ਦੇ ਸਮੇਂ ਵਿੱਚ ਹਰ ਕੋਈ ਆਪਣੇ ਵੱਖ-ਵੱਖ ਪੇਸ਼ਿਆਂ ਦੇ ਵਿੱਚ ਰੁੱਝਿਆ ਹੋਇਆ ਵਿਖਾਈ ਦਿੰਦਾ ਜਿੱਥੇ ਕਿ ਤੁਸੀਂ ਵੀ ਹੋਟਲ ਨੂੰ ਲੈ ਕੇ ਆਪਣੇ ਇੱਕ ਵਪਾਰ ਨੂੰ ਅੱਗੇ ਲੈ ਕੇ ਜਾਂਦੇ ਵਿਖਾਈ ਜਾਂਦੇ ਹੋ ਪਰ ਉਹ ਸਭ ਦੇ ਵਿੱਚੋਂ ਆਪਣੇ ਸ਼ੌਂਕ ਲਈ ਸਮਾਂ ਕੱਢਣਾ ਇਹ ਸਭ ਕਿਸ ਤਰ੍ਹਾਂ ਮੈਨੇਜ ਹੁੰਦਾ ਮੈਨੇਜ ਦੇਖੋ ਮੈਨੇਜ ਕਰਨਾ ਪੈਂਦਾ ਹੈ ਅੱਜ ਤੁਹਾਨੂੰ ਕੁਝ ਵੀ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਕਿਸੇ ਮਕਾਮ ਤੇ ਜੇ ਪਹੁੰਚਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਸਮਾਂ ਦਾ ਤੁਹਾਨੂੰ ਆਪ ਹੀ ਕੱਢਣਾ ਪੈਣਾ ਉਹ ਹਰ ਚੀਜ਼ ਨੂੰ ਅਕੋਰਡਿੰਗਲੀ ਮੈਨੇਜ ਕਰਨਾ ਪੈਂਦਾ ਉਸ ਰਾਹ ਦੀ ਗੱਲ ਕਰ ਲਈਏ ਜਦ ਵੀ ਅਸੀਂ ਵੇਖਦੇ ਆ ਸੁਣਦੇ ਆ ਕਿ ਕਿਸੇ ਨੇ ਮਾਉਂਟ ਐਵਰੇਸਟ ਦੀ ਚੜ੍ਹਾਈ ਕਰ ਲਈ ਕੋਈ ਮਾਉਂਟ ਲਈ ਮੰਜਰਤ ਜਿਸ ਦਾ ਤੁਸੀਂ ਵੀ ਉਸ ਦਾ ਸਫਰ ਤੈਅ ਕਰਕੇ ਆਇਓ ਤਾਂ ਰਾਹ ਦੇ ਵਿੱਚ ਮੌਸਮਿਕ ਕੰਡੀਸ਼ਨਾਂ ਕਿਹੋ ਜਿਹੀਆਂ ਸੀਗੀਆਂ ਜਾਂ ਕਿਹੜਾ ਮੰਜ਼ਰ ਕੁਝ ਅਜੀਹਾ ਤੁਹਾਡੇ ਨਾਲ ਸੀ ਜਿੱਥੋਂ ਲੱਗਦਾ ਸੀ ਕਿ ਨਹੀਂ ਹੁਣ ਮੈਂ ਇੱਥੋਂ ਵਾਪਸੀ ਕਰ ਲੈਣਾ ਜਾਂ ਇੱਥੇ ਮੈਂ ਹਾਰ ਮੰਨ ਲੈਣਾ ਪਰ ਉਸ ਨੂੰ ਫਤਿਹ ਕਰਕੇ ਜਾਂ ਉਸ ਨੂੰ ਕਹਿ ਸਕਦੇ ਆ ਕਿ ਉਸ ਮੰਜ਼ਰ ਨੂੰ ਨਜ਼ਰ ਅੰਦਾਜ਼ ਕਰਕੇ ਵੀ ਆਪਣੇ ਜੋ ਮਿੱਥਿਆ ਟੀਚਾ ਸੀ ਉਸ ਵੱਲ ਧਿਆਨ ਦੇ weather conditions ਮੈਂ ਤੁਹਾਨੂੰ ਨਿਰਿਸ਼ੀ ਅੱਗੇ ਜਿਵੇਂ ਦੱਸਿਆ ਕਿ weather conditions ਅ ਮਤਲਬ ਕਹਿ ਸਕਦੇ ਆ ਜੋ ਪਹਾੜ ਚ ਹੁੰਦੀਆਂ ਉਦਾਂ ਦੀਆਂ ਹੀ ਸੀ ਮਾਈਨਸ 20 ਡਿਗਰੀ ਟੈਂਪਰੇਚਰ ਗਿਆ ਉਥੇ ਕੈਮਲ ਬੈਗ ਜਿਹਦੇ ਚ ਮੈਂ ਪਾਣੀ ਕੈਰੀ ਕਰ ਰਿਹਾ ਸੀ ਇੱਕ ਟਾਈਮ ਤੇ ਆ ਕੇ ਉਹ ਵੀ ਜੰਮ ਗਿਆ ਸੀ ਕਿਉਂਕਿ ਪਾਣੀ ਪੀਣਾ ਪਾਣੀ ਪੀਣਾ ਬਹੁਤ ਔਖਾ ਲੱਗ ਰਿਹਾ ਸੀ ਉਥੇ ਪਾਣੀ ਦੀ ਪ੍ਰੋਪਰ ਮਿਲ ਨਹੀਂ ਸੀ ਰਿਹਾ ਫਿਰ ਇੱਕ ਆਕਸੀਜਨ ਦੀ ਕਮੀ ਵੀ ਉਥੇ ਹੋ ਗਈ ਇੱਕ ਟਾਈਮ ਤੇ ਆ ਕੇ ਕੀ ਹੁੰਦਾ ਜਦੋਂ ਤੁਹਾਡੇ ਮਾਈਂਡ ਨੂੰ ਆਕਸੀਜਨ ਬਹੁਤ ਘੱਟ ਮਿਲਦੀ ਹੈ ਉਸ ਟਾਈਮ ਤੇ ਤੁਸੀਂ ਹਲੂਸੀਨੇਟ ਕਰਨਾ ਸ਼ੁਰੂ ਕਰ ਦਿੰਨੇ ਹੋ ਮੈਨੂੰ ਵੀ ਇੱਕ ਟਾਈਮ ਤੇ ਆ ਕੇ ਹਲੂਸੀਨੇਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ ਸੀ ਫਿਰ ਜਦੋਂ ਆਕਸੀਜਨ ਘੱਟ ਮਿਲਦੀ ਆ ਤੁਹਾਨੂੰ ਨੀਂਦ ਦਾ ਜ਼ੋਰ ਪੈਂਦਾ ਬਹੁਤ ਜ਼ਿਆਦਾ ਇੱਕ ਟਾਈਮ ਤੇ ਆ ਕੇ ਨੀਂਦ ਬਹੁਤ ਆਣੀ ਸ਼ੁਰੂ ਹੋ ਗਈ ਬਟ ਜਿਹੜਾ ਗਾਈਡ ਸੀ ਮੇਰੇ ਨਾਲ ਉਹਨੇ ਮੈਨੂੰ ਬਹੁਤ ਹੈਲਪ ਕੀਤੀ ਇਸ ਚੀਜ਼ ਤੋਂ ਬਾਹਰ ਬਟ ਫਿਰ ਸੋਚਿਆ ਇਹੀ ਸੀ ਕਿ ਹੁਣ ਜੇ ਆਇਆ ਤੇ ਕਰਕੇ ਜਾਵਾਂਗਾ ਇੱਥੋਂ ਵਾਪਸ ਤੇ ਮੈਂ ਮੁੜਨਾ ਨਹੀਂ ਪਰ ਤੁਹਾਡੀ ਸੋਚ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਤੁਸੀਂ ਖਾਲਸਾ ਪੜਚਮ ਜੋ ਨਿਸ਼ਾਨ ਸਾਹਿਬ ਹੈ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਹੋ ਝੁਲਾਉਂਦੇ ਹੋ ਔਰ ਜੋ ਖਾਲਸਾ ਹੀ ਜੋ ਕਹਿ ਸਕਦੇ ਜਿਕਰ ਹੈ ਜਿਸ ਦੀ ਗੂੰਜ ਕਹਿ ਸਕਦੇ ਕਿ ਉਹਨਾਂ ਪਹਾੜੀਆਂ ਦੇ ਵਿੱਚ ਗੂੰਜਦੀ ਹੈ ਇਹ ਸੋਚ ਕੀ ਹੈ ਸਿੱਖੀ ਨੂੰ ਲੈ ਕੇ ਹੈ ਜਾਂ ਇਸ ਪਿੱਛੇ ਕੋਈ ਹੋਰ ਵੀ ਕਾਰਨ ਹੈ ਮੈਨੂੰ ਮੈਨ मोटਿਵੇਸ਼ਨ ਹੀ ਜਿਹੜੀ ਮਿਲਦੀ ਹੈ ਜੀ ਉਹ ਇਸੇ ਚੀਜ਼ ਤੋਂ ਮਿਲਦੀ ਹੈ ਜਿਹੜੀ ਇਸ ਵਾਰੀ ਵੀ ਮੈਂ ਗਿਆ ਮੇਰੇ ਨਾਲ ਗਰੁੱਪ 'ਚ ਆਲਮੋਸਟ 14 ਬੰਦੇ ਸੀ ਹੋਰ ਜਿਹੜੇ ਕਿ ਡਿਫਰੈਂਟ ਨੈਸ਼ਨੈਲਿਟੀਆਂ ਤੋਂ ਹੈਗੇ ਸੀ ਹੁਣ ਉਹਨਾਂ ਨੂੰ ਵੀ ਜਦੋਂ ਮੈਂ ਦੱਸਿਆ ਕਿ ਮੈਂ ਪਹਿਲੇ ਬੇਸ ਕੈਂਪ ਕੀਤਾ ਵਾ ਹੁਣ ਮੈਂ ਇਹ ਕਰਨਾ ਹੈ ਪਹਿਲਾ ਸਵਾਲ ਉਹਨਾਂ ਦਾ ਵੀ ਇਹੀ ਸੀ ਕਿ ਵੀ ਤੁਸੀਂ ਮਤਲਬ ਕਿਉਂ ਕਿੱਥੋਂ ਮੋਟੀਵੇਸ਼ਨ ਤੁਹਾਨੂੰ ਇੰਨੀ ਮਿਲ ਰਹੀ ਹੈ ਤਾਂ ਮੇਰਾ ਜਵਾਬ ਇਹੀ ਸੀ ਕਿ ਜਿਹੜਾ ਇੱਕ ਨਿਸ਼ਾਨ ਸਾਹਿਬ ਜਿਹੜਾ ਸਾਡਾ ਇੱਕ ਰਿਲੀਜੀਅਸ 플ੈਗ ਜਿਹਨੂੰ ਆਪਾਂ ਕਹਿ ਲਈਏ ਜਾਂ ਸਾਡੇ ਧਰਮ ਨੂੰ ਬਖਾਣਾ ਚਾਹੁੰਨਾ ਮੈਂ ਕਿ ਸਿੱਖ ਧਰਮ ਇੱਕ ਕੌਮ ਹੈ ਉਹ ਜੀ ਹੈਗੀ ਹੈ ਜਿਹੜਾ ਕਿਸੇ ਵੀ ਉਚਾਈਆਂ ਤੱਕ ਪਹੁੰਚ ਸਕਦੀ ਹੈ ਬਹੁਤ ਲੋਕ ਅੱਜ ਵੀ ਦੁਨੀਆ 'ਚ ਹੈਗੇ ਜਿਨ੍ਹਾਂ ਨੂੰ ਸ਼ਾਇਦ ਸਿੱਖ ਕੌਮ ਬਾਰੇ ਪ੍ਰੋਪਰ ਨੋਲੇਜ ਨਹੀਂ ਹੈਗੀ ਇਤਿਹਾਸ ਬਾਰੇ ਨਹੀਂ ਪਤਾ ਜਾਂ ਸਿੱਖ ਕੌਮ ਬਾਰੇ ਵੀ ਨਹੀਂ ਕਈਆਂ ਨੂੰ ਪਤਾ ਤੇ ਉਹਨਾਂ ਦੀ ਜਦੋਂ ਉਹ ਦੱਸ ਕੇ ਜਦੋਂ ਇੱਕ ਉਹਨਾਂ ਦੀ ਐਕਸਾਈਟਮੈਂਟ ਵੇਖੀ ਦੀ ਆ ਅੱਧੇ ਲੋਕ ਇਹੋ ਜਿਹੇ ਸੀ ਜਿਹੜੇ ਸ਼ਾਇਦ ਮੇਰੇ ਦੱਸਣ ਕਰਕੇ ਅੰਮ੍ਰਿਤਸਰ ਆਉਣ 'ਚ ਬੜੇ ਇੰਟਰਸਟਿਡ ਹੋ ਗਏ ਕਿ ਅਸੀਂ ਵੀ ਗੋਲਡਨ ਟੈਂਪਲ ਵੇਖਣਾ ਚਾਹੁੰਦੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸੋ ਇਹ ਚੀਜ਼ਾਂ ਜਦੋਂ ਐਕਸਾਈਟਮੈਂਟ ਲੋਕਾਂ 'ਚ ਵੇਖੀ ਦੀ ਆ ਉਹ ਵੇਖ ਕੇ ਵੀ ਇੱਕ ਬੜੀ ਵੱਖਰੀ ਜਿਹੀ ਮੋਟੀਵੇਸ਼ਨ ਮਿਲਦੀ ਆ ਤੇ ਫਿਰ ਇੱਕ ਹੋਰ ਅੱਗੇ ਕਿਤੇ ਪਹੁੰਚਣ ਨੂੰ ਅੰਦਰੋਂ ਆਵਾਜ਼ ਆਉਂਦੀ ਆ ਕੋਈ ਵੀ ਅਸੀਂ ਜਦੋਂ ਸਫ਼ਰ ਸ਼ੁਰੂ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਹਨੂੰ ਕਹਿੰਦੇ ਆ ਕਿ ਖਿਆਲੀ ਜੋ ਆਪਣਾ ਮਨ ਵਿੱਚ ਆਪਾ ਵਿਚਾਰ ਬਣਾਨੇ ਕਿ ਇਸ ਤਰ੍ਹਾਂ ਕਰਾਂਗੇ ਜਦ ਤੁਸੀਂ ਇਸ ਪਹਾੜੀ ਦੀ ਉਚਾਈ ਬਾਰੇ ਪੜਿਆ ਕਿ ਲਗਭਗ 5900 ਮੀਟਰ ਤੋਂ ਵੀ ਉੱਚੀ ਦੀ ਇਸ ਪਹਾੜੀ ਦੀ ਜੋ ਉਚਾਈ ਹੈ ਤਾਂ ਸੋਚਿਆ ਸੀ ਕਿ ਮੈਂ ਕਰ ਪਾਵਾਂਗਾ ਜਾਂ ਉਸ ਵੇਲੇ ਦ੍ਰਿੜਤਾ ਕਿੱਦਾਂ ਦੀ ਸੀ ਮਨ ਵਿੱਚ ਜੀ ਬਿਲਕੁਲ ਇੱਕ ਵਾਰੀ ਤੇ ਦਿਮਾਗ 'ਚ ਆਉਂਦਾ ਕਿ ਪਤਾ ਨਹੀਂ ਇਹ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਬਟ ਜਦੋਂ ਗੁਰੂ ਸਾਹਿਬ ਦਾ ਇੱਕ ਆਸਰਾ ਲੈ ਕੇ ਤੁਸੀਂ ਘਰੋਂ ਤੁਰਦੇ ਹੋ ਇੱਕ ਚੰਗੀ ਸੋਚ ਨਾਲ ਤੁਰਦੇ ਹੋ ਤਾਂ ਫਿਰ ਗੁਰੂ ਸਾਹਿਬ ਵੀ ਨਾ ਲੰਗ ਸੰਗ ਸਾਹੇ ਰਹਿ ਕੇ ਤੁਹਾਡਾ ਕੰਮ ਕਰਾਉਂਦੇ ਆ ਉਹਦੇ ਚ ਫਿਰ ਤੁਹਾਨੂੰ ਕੋਈ ਅੜਚਾ ਨਾ ਨਹੀਂ ਦਿੰਦੇ ਇਹ ਵੀ ਕਿਹਾ ਜਾਂਦਾ ਹੈ ਕਿ ਔਖੇ ਰਾਹਾਂ ਤੇ ਜਦ ਜ਼ਿੰਦਗੀ ਨਾ ਹੰਡਾਈ ਹੋਵੇ ਤਾਂ ਫਿਰ ਸਫਲਤਾ ਦਾ ਮਜ਼ਾ ਹੀ ਨਹੀਂ ਆਂਦਾ ਤਾਂ ਬਿਲਕੁਲ ਔਖੇ ਰਾਹਾਂ ਨੂੰ ਪਾਰ ਕਰਦੇ ਹੋਏ ਤਰਨਦੀਪ ਸਿੰਘ ਉਹ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਅਫਰੀਕਾ ਦੀ ਸਭ ਤੋਂ ਉੱਚੀ ਪਹਾੜੀ ਮਾਊਂਟ ਕਿਲੀਮੰਜਾਰੋ ਤੇ ਜਾ ਕੇ ਖਾਲਸਾ ਨਿਸ਼ਾਨ ਸਾਹਿਬ ਨੂੰ ਚੁਲਾਇਆ ਅਤੇ ਉੱਤੇ ਹੀ ਜਕਾਰਾ ਵੀ ਲਗਾਇਆ ਅਤੇ ਇੱਕ ਸੋਚ ਸੀ ਉਨ੍ਹਾਂ ਦੀ ਕਿ ਜੋ ਸਿੱਖ ਧਰਮ ਹੈ ਉਸ ਨੂੰ ਇੱਕ ਉਚਾਈ ਤੇ ਪਹੁੰਚਾਇਆ ਜਾਵੇ ਕਿ ਤਾਂ ਜੋ ਪੂਰੇ ਵਿਸ਼ਵ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਸਿੱਖ ਧਰਮ ਕੀ ਰਿਪਰਿਜ਼ੈਂਟ ਕਰਦਾ ਹੈ ਇਸ ਦਾ ਇਤਿਹਾਸ ਕੀ ਹੈ ਤਾਂ ਜੋ ਹੁਣ ਦੀਆਂ ਪੀੜ੍ਹੀਆਂ ਅਗਾਮੀ ਆਉਣ ਲਈ ਪੀੜ੍ਹੀਆਂ ਵਿੱਚ ਤੋਂ ਜਾਣੋ ਹੁਣ ਪਰ ਉਸ ਦੇ ਨਾਲ ਹੀ ਇੱਕ ਲੰਬੇ ਸਮੇਂ ਤੋਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਇੱਕ ਸ਼ੌਂਕ ਸੀ ਕਿ ਮੈਂ ਦੇਸ਼ ਦੁਨੀਆ ਨੂੰ ਘੁੰਮਾਂ ਅਤੇ ਉਸੇ ਸੋਚ ਦੇ ਸਦਕਾ ਅੱਜ ਇਹਨਾਂ ਨੇ ਮਾਊਂਟ ਕਲੀਮੰਜਾਰੋ ਸਮੇਤ ਇਸ ਤੋਂ ਪਹਿਲਾਂ ਵੀ ਮਾਊਂਟ ਐਵਰੇਸਟ ਦੇ ਬੇਸ ਕੈਂਪ ਤੇ ਵੀ ਖਾਲਸਾ ਨਿਸ਼ਾਨ ਸਾਹਿਬ ਨੂੰ ਚੁਲਾਇਆ ਸੀ ਅਤੇ ਇੱਕ ਵੱਖਰਾ ਕਹਿ ਸਕਦੇ ਹਾਂ ਕਿ ਵਿਲੱਖਣ ਜੋ ਸੁਨੇਹਾ ਸੀ ਉਸ ਸਮਾਜ ਤੱਕ ਪਹੁੰਚਾਇਆ ਸੀ ਆਸ ਕਰਦੇ ਹਾਂ ਕਿ ਇਹੀ ਜੋ ਰੂਹਾਂ ਨੇ ਜਿਹਹੀਆਂ ਰੂਹਾਂ ਨੇ ਇਸ ਸਮਾਜ ਦੇ ਹੋਰਨਾਂ ਨੂੰ ਲੋਕਾਂ ਲਈ ਵੀ ਮਿਸਾਲ ਬਣਨ ਕਿ ਤਾਂ ਜੋ ਆਗਾਮੀ ਆ ਰਹੀ ਪੀੜ੍ਹੀਆਂ ਵੀ ਇਹਨਾਂ ਤੋਂ ਸਿੱਖ ਲੈ ਸਕਣ ਅੰਮ੍ਰਿਤਸਰ ਤੋਂ ਨਿਤਿਸ਼ ਸੱਬਰਵਾਲ ਨਿਊਜ਼ ਇਟਨ ਪੰਜਾਬ